ਲੋਕ ਸਭਾ ਹਲਕਾ ਲੁਧਿਆਣਾ ਵਿੱਚ ਆ, ਜਿੱਥੇ ਪੂਰਾ ਮੁਕਾਬਲਾ ਚੱਲ ਰਿਹਾ ਇਸ ਸਮੇਂ ਲੋਕ ਸਭਾ ਚੋਣਾਂ ਨੂੰ ਲੈ ਕੇ, ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਕਮਲਜੀਤ ਸਿੰਘ ਬਰਾੜ ਹੋਣਗੇ, ਆਜ਼ਾਦ ਉਮੀਦਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਠੀਕ ਹੋ, ਕਾਇਮ ਹੋ? ਮੈਂ ਫੁੱਲ ਕਿਰਪਾ ਸੱਚੇ ਪਾਤਸ਼ਾਹ ਦੀ, ਰਣਜੀਤ ਸਿੰਘ। ਪਹਿਲੀ ਇੰਟਰਵਿਊ ਕੀਤੀ ਸੀ ਉਦੋਂ ਪ੍ਰਧਾਨ ਸਾਹਿਬ ਨੂੰ ਗੁੱਸਾ ਆ ਗਿਆ, ਪਾਰਟੀ 'ਚੋਂ ਕੱਢਤਾ ਸੀਗਾ। ਚੰਗਾ ਹੋਇਆ, ਜੋ ਪਾਤਸ਼ਾਹ ਕਰਦਾ ਚੰਗਾ ਹੀ ਕਰਦਾ, ਜੋ ਮਾਲਕ ਕਰਦਾ ਉਹਦੀ ਰਜ਼ਾ 'ਚ ਹੋ ਰਿਹਾ, ਚੰਗਾ ਹੀ ਹੁੰਦਾ ਹੈ। ਕਈ ਵਾਰ ਬੰਦੇ ਨੂੰ ਲੱਗਦਾ ਹੈ ਕਿ ਮੇਰੇ ਨਾਲ ਗਲਤ ਹੋ ਗਿਆ, ਪਰ ਰੱਬ ਕਦੇ ਕਿਸੇ ਨਾਲ ਗਲਤ ਨਹੀਂ ਕਰਦਾ, ਰੱਬ ਚੰਗਾ ਹੀ ਕਰਦਾ। ਸੋ ਆਪਾਂ ਤਾਂ ਇਹ ਗੱਲ ਕਹਿੰਦੇ ਹਾਂ, ਵਧੀਆ ਕੀਤਾ ਹੈ। ਜੋ ਅੱਜ ਮੋਹ ਪਿਆਰ ਸਤਿਕਾਰ ਮਿਲ ਰਿਹਾ ਹੈ, ਅਤੇ ਉਹ ਮਿਲਣਾ ਥੋੜ੍ਹੀ ਸੀ ਉੱਥੇ ਬੈਠ ਕੇ, ਅਤੇ ਕਿਤੇ ਮੈਨੂੰ ਲਾਂਭਾ ਲੂੰਭਾ ਨਾ ਮਿਲ ਜੇ। ਨਹੀਂ ਤਾਂ ਭਰਾ ਹੈ, ਤੈਨੂੰ ਕਾਹਦਾ ਲਾਂਭਾ ਦੇਣਾ। ਤੁਸੀਂ ਚੰਗੇ ਭਰਾ ਹੋ, ਲੋਕਾਂ ਦੀ ਆਵਾਜ਼ ਚੱਕਣ ਵਾਲੇ ਹੋ, ਲੋਕਾਂ ਦੇ ਮੁੱਦੇ ਚੱਕਣ ਵਾਲੇ ਹੋ, ਲੀਡਰਾਂ ਤੋਂ ਲੋਕਾਂ ਦੀ ਗੱਲ ਕਢਵਾ ਲੈਂਦੇ ਹੋ, ਅਤੇ ਤੁਸੀਂ ਤੁਹਾਡੇ ਨਾਲ ਕਾਹਦਾ ਲਾਂਭਾ ਸ਼ਿਕਵਾ ਹੋਣਾ ਹੈ। ਪਰ ਮੈਂ ਉਹ ਗੱਲ ਕਰਦਾ, ਇੱਕ ਉਦਾਹਰਣ ਦਿੰਦਾ ਤੁਹਾਨੂੰ। ਕੱਲ੍ਹ ਅਸੀਂ ਹੰਬੜਾ ਪਿੰਡ ਪ੍ਰੋਗਰਾਮ ਸੀ ਸ਼ਾਮ ਨੂੰ, ਹਾਲਾਂਕਿ ਮੈਂ ਜਿਨ੍ਹਾਂ ਦਾ ਜ਼ਿਕਰ ਕਰਨ ਲੱਗਿਆ ਨਾ ਜੀ, ਆਪਾਂ ਉਹਨਾਂ ਦੇ ਪੈਰ ਦੀ ਮਿੱਟੀ ਵਰਗੇ ਵੀ ਹੈ ਨੀਗੇ, ਉਹਨਾਂ ਦੇ ਪੈਰਾਂ ਦੀ ਧੂੜ ਵਰਗੇ ਵੀ ਹੈ ਨੀਗੇ। ਕਿਸੇ ਨੇ ਮੈਨੂੰ ਕਹਿ ਲਿਆ, ਇੱਕ ਬਜ਼ੁਰਗ ਨੇ, ਅੰਮ੍ਰਿਤਧਾਰੀ ਬਜ਼ੁਰਗ ਸੀ, ਬੜੇ ਚੜ੍ਹਦੀ ਕਲਾ ਵਾਲੇ, ਅਤੇ ਮੈਨੂੰ ਆ ਕੇ ਕਹਿੰਦੇ, ਜਦੋਂ ਮੈਂ ਭਾਸ਼ਣ ਦੇ ਕੇ ਹਟਿਆ ਨਾ, ਵੋਟਾਂ ਮੰਗ ਕੇ ਹਟਿਆ, ਮੈਨੂੰ ਕਹਿੰਦੇ ਤੂੰ ਲੀਡਰਾਂ ਦੀ ਤਾਂ ਕੋਈ ਗੱਲ ਨਹੀਂ ਕੀਤੀ, ਪ੍ਰਚਾਰ ਕਰੀ ਗਿਆ ਯਾਰ। ਅਤੇ ਮੈਨੂੰ ਕਹਿੰਦੇ ਮੈਨੂੰ ਨਾ ਸੱਚੀ, ਮੈਂ ਮਤਲਬ ਮੇਰੇ ਵਾਸਤੇ ਬਹੁਤ ਇਹ ਮਾਣ ਵਾਲੀ ਗੱਲ ਆ ਵੀ ਮੈਂ ਕਈ ਜਨਮ ਲੈ ਕੇ ਵੀ ਉਹਨਾਂ ਵਰਗਾ ਨਹੀਂ ਬਣ ਸਕਦਾ ਜਿਨ੍ਹਾਂ ਦਾ ਜ਼ਿਕਰ ਕੀਤਾ ਉਹਨਾਂ ਨੇ, ਕਿ ਮੈਨੂੰ ਤੇਰੇ 'ਚੋਂ ਅੱਜ ਅਕਾਲੀ ਫੂਲਾ ਸਿੰਘ ਦਿਸਿਆ। ਮਤਲਬ ਮੈਨੂੰ ਇਹ ਲੱਗਿਆ ਵੀ ਇਲੈਕਸ਼ਨ ਤਾਂ ਆਪਾਂ ਜਿੱਤ ਹੀ ਗਏ ਹਾਂ, ਫਿਰ ਬਹੁਤ ਵੱਡੀ ਗੱਲ, ਜਿਹੜੀਆਂ ਵੋਟਾਂ ਪੈਣੀਆਂ ਇੱਕ ਨੂੰ ਪੈਣਗੀਆਂ, ਗਿਣਤੀ 4 ਨੂੰ ਹੋਣੀਆਂ, ਉਹ ਇਲੈਕਸ਼ਨ ਅਲੱਗ ਆ। ਜਿਹੜੀ ਚੋਣ ਆਪਾਂ ਜਿੱਤਣੀ ਸੀ ਆਪਾਂ ਜਿੱਤ ਚੁੱਕੇ ਹਾਂ, ਜਿਹੜੀ ਕਿਸੇ ਬਾਪੂ ਦੇ ਮੂੰਹੋਂ। ਹਾਲਾਂਕਿ ਆਪਾਂ ਚਲੋ ਇਹ ਕੁਤਾਹੀ ਕਰਾਂਗੇ ਵੀ ਜੇ ਆਪਾਂ ਸੋਚੀਏ ਉਹਨਾਂ ਨਾਲ ਤੁਲਨਾ ਹੋਈ ਹੈ, ਤਾਂ ਆਪਾਂ ਤਾਂ ਪਹਿਲਾਂ ਹੀ ਕਿਹਾ ਵੀ ਆਪਾਂ ਉਹਨਾਂ ਦੇ ਪੈਰਾਂ ਦੀ ਮਿੱਟੀ ਵਰਗੇ ਵੀ ਹੈ ਨਹੀਂ। ਪਰ ਕਿਸੇ ਬਾਬੇ ਨੂੰ ਸਾਡੇ ਬੋਲਾਂ ਨਾਲ ਇਹ ਮਹਿਸੂਸ ਹੋਇਆ, ਸਾਡੇ ਸ਼ਬਦਾਂ ਨਾਲ, ਕਿ ਅਸੀਂ ਸਾਡੇ 'ਚੋਂ ਉਹ ਸ਼ਖੀਅਤ ਦਿਸਣ ਲੱਗ ਗਈ, ਅਤੇ ਜਿਹਦੀ ਮਤਲਬ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦੀ, ਉਹਨਾਂ ਦੇ ਕਹਿ ਸਕਦੇ ਜ਼ੁਰਤ ਦੀ ਦਲੇਰੀ ਦੀ ਚਰਚਾ ਹੈ ਨਾ, ਕਿ ਰਾਜੇ ਨੂੰ ਵੀ ਬੰਨ੍ਹ ਕੇ ਥਮਲੇ ਦੇ ਨਾਲ ਕੋੜੇ ਮਾਰਤੇ ਸੀ, ਜੇ ਰਾਜੇ ਨੇ ਗੁਨਾਹ ਕੀਤਾ ਸੀ, ਲੱਭੂਗਾ ਕਦੋਂ ਅਕਾਲੀ ਫੂਲਾ ਸਿੰਘ ਵੀ। ਮਤਲਬ ਜੇ ਉਹ ਸਿਆਸੀ ਜਮਾਤ 'ਚ ਰਹਿੰਦੇ, ਜੇ ਪਾਰਟੀ 'ਚੋਂ ਨਾ ਕੱਢਦੇ, ਜੇ ਸਾਡਾ ਵੀਰ ਇੰਟਰਵਿਊ ਨਾ ਕਰਦਾ ਭਰਾ ਸਾਡਾ, ਫਿਰ ਇਹ ਚੰਗੇ ਦਿਨ ਕਿੱਥੋਂ ਆਉਣੇ ਸੀਗੇ। ਇਹ ਤਾਂ ਪਾਤਸ਼ਾਹ ਦੀਆਂ ਖੇਡਾਂ ਹੁੰਦੀਆਂ ਨੇ, ਨਿਆਰੇ ਦਿਨ ਲੈ ਕੇ ਆਉਂਦੇ ਆ ਪਾਤਸ਼ਾਹ, ਆਪਣੇ ਆਪ ਹੀ ਲਿਆਉਂਦੇ ਆ, ਉਹਨਾਂ ਨੇ ਵਿਧੀਆਂ ਬਣਾਉਣੀਆਂ ਹੁੰਦੀਆਂ, ਬਣਾਈ ਜਾਂਦੇ ਆ। ਹੁਣ ਦੇਖੋ, ਚੋਣ ਤਾਂ ਆਪਾਂ ਲੜਨ ਵਾਸਤੇ ਪਹਿਲਾਂ ਇੱਥੇ ਖੜ੍ਹੇ ਹੋ ਗਏ ਸੀ, ਅਤੇ ਕੈਸੀ ਵਿਧੀ ਬਣਾਈ ਪਾਤਸ਼ਾਹ ਨੇ ਇਹਦੀ, ਮੰਜੀ ਪੀੜ੍ਹੀ ਠੁਕਵਾਉਣ ਵਾਸਤੇ ਇੱਥੇ ਲਿਆਉਂਦਾ ਨੂੰ ਗਿੱਦੜਵਾਏ ਤੋਂ ਚੋਰ ਨੂੰ। ਇਹ ਮੁਕਾਬਲਾ ਪੂਰਾ ਗੱਲਬਾਤ ਪੂਰੀ ਬਣੀ, ਆਪਾਂ ਮੁਕਾਬਲਾ ਤਾਂ ਉੱਥੇ ਹੁੰਦਾ ਨਾ ਜਿੱਥੇ ਕੋਈ ਗਹਿਗਾ 'ਚ ਲੜਾਈ ਹੋਵੇ, ਮੁਕਾਬਲਾ ਕਹਿੰਦਾ ਆਪਾਂ ਨਾ ਨਾ, ਲੋਕ ਭੇਤੀ ਨੇ ਇਹਨਾਂ ਦੇ, ਲੋਕ ਰਵਨੀਤ ਬਿੱਟੂ ਦੇ ਭੇਤੀ ਨੇ, 10 ਸਾਲ ਉਹਨੇ ਮੂੰਹ ਨਹੀਂ ਵਿਖਾਇਆ, ਲੋਕ ਇਹਦੇ ਵੀ ਭੇਤੀ ਨੇ, ਵੀ ਗਿੱਦੜਵਾਏ ਤੋਂ ਕੀ ਕਰਨਾ। ਭੇਤੀ ਉਹ ਵੀ ਨੇ ਜਿਹੜੇ ਕਾਂਗਰਸ ਇਹਦੇ ਨਾਲ ਤੁਰੇ ਫਿਰਦੇ ਨੇ, ਪਤਾ ਉਹਨਾਂ ਨੂੰ ਵੀ ਆ ਵੀ ਸਾਡੇ ਉੱਤੇ ਬਹਿਣ ਦੀ ਕੋਸ਼ਿਸ਼ ਕਰ ਰਿਹਾ, ਸਿਵਾਏ ਇੱਕ ਦੋ ਫੇਲ ਲੀਡਰ ਆ ਜਿਹੜੇ ਕਾਂਗਰਸ ਦੇ ਇੱਥੇ, ਜਮ੍ਹਾਂ ਹੀ ਫੇਲ ਆ, ਜਿਹਨਾਂ ਨੂੰ ਕੋਈ ਵੀ ਨਹੀਂ ਪੁੱਛਦਾ, ਜਿਹਨਾਂ ਨੂੰ ਕੋਈ ਬੇਰਾਂ ਵੱਟੇ ਨਹੀਂ ਸਿਆਣ ਦਾ, ਉਹ ਤੁਰੇ ਫਿਰਦੇ ਇੱਕ ਦੋ ਇਹਦੇ ਨਾਲ, ਜਿਹੜੇ ਪੂਰਾ ਚੰਗੇ ਦਮ ਰੱਖਦੇ ਕੋਈ ਨਹੀਂ ਇਹਦੇ ਨਾਲ। ਸਭ ਨੂੰ ਪਤਾ ਹੈ ਕਿ ਸਾਡੀ ਹਿੱਕ 'ਤੇ ਬਹਿਜੂ ਆ ਕੇ ਇਹ, ਵੀ ਇੱਥੇ ਸਾਡੇ ਉੱਤੇ ਆ ਕੇ ਇਹ ਡਿਕਟੇਟਰਸ਼ਿਪ ਕਰੂਗਾ, ਫਿਰ ਇਹਦੀ ਬਣਦੀ ਤਾਂ ਹੁੰਦੀ ਨਹੀਂ ਨਾ ਜਿਹੜੇ ਜ਼ਿਲ੍ਹੇ 'ਚ ਰਹਿੰਦਾ ਹੋਵੇ। ਹਾਲਾਂਕਿ ਉਹ ਦੇਖੋ ਹਰਚਰਨ ਸਿੰਘ ਬਰਾੜ ਦਾ ਪਰਿਵਾਰ ਆ, ਕਿੰਨਾ ਸੀਨੀਅਰ ਆ ਉਸ ਪਰਿਵਾਰ ਨੇ, ਦੀ ਅੱਜ ਤੱਕ ਨਹੀਂ ਬਣੀ, ਰੋਜ਼ੀ ਬਰਗੰਦੀ ਨਾ ਪੂਰੀ ਬਣਦੀ ਰਹੀ ਹੈ। ਇਹਨੂੰ ਕੀ ਸਮਝੋਗੇ, ਅੱਜ ਚੇਅਰਮੈਨ ਉੱਥੇ ਅਕਾਲੀ ਦਲ ਦਾ ਬੀਬੀ ਬਣੀ ਚੇਅਰਪਰਸਨ, ਵਾਈਸ ਚੇਅਰਮੈਨ ਉੱਥੇ ਅਕਾਲੀ ਦਲ ਦਾ ਬਣਿਆ ਮੁਕਤਸਰ ਸਾਹਿਬ ਦੇ ਵਿੱਚ, ਇਹਦਾ ਮੁਕਤਸਰ ਸਾਹਿਬ ਦੇ ਵਿੱਚ ਕੀ ਹੈ ਹਲਕਾ, ਤਾਂ 3 ਵਾਰੀ MLA ਬਣ ਗਏ ਬਾਈ। ਹਾਂ, ਫਿਰ ਬਾਦਲਾਂ ਤੋਂ ਪੈਸੇ ਲੈ ਕੇ ਬਾਦਲਾਂ ਨਾਲ ਸਮਝੌਤੇ ਕਰਕੇ ਬਣ ਹੀ ਜਾਂਦਾ। ਹੁਣ ਤੁਸੀਂ ਦੇਖੋ 2012 ਦੇ ਵਿੱਚ
ਉਹਨਾਂ ਨੇ ਮਨਪ੍ਰੀਤ ਬਾਦਲ ਨੂੰ ਹਰਾਉਣਾ ਸੀ। ਅਕਾਲੀ ਦਲ ਦੇ ਸਰਦਾਰ ਸੰਤ ਸਿੰਘ ਬਰਾੜ ਹੋਰਾਂ ਦੀ ਬਲੀ ਦਿੱਤੀ ਉਹਨਾਂ ਨੇ, ਇਹਨੂੰ ਵੋਟਾਂ ਪਾ ਕੇ ਜਿੱਤਾ ਤਾਂ, ਹਾਲਾਂਕਿ ਐਸੀ ਕੋਈ ਗੱਲ ਹੀ ਨਹੀਂ ਸੀ। ਉਹ ਬਾਦਲਾਂ ਦਾ ਹਲਕਾ ਗੁਆਂਢੀ ਹੈ, ਬਾਦਲ ਆਪਦਾ ਮਾਸ ਬਚਾਉਂਦੇ, ਬਾਦਲ ਹੁਣੀ ਸਮਝੌਤਿਆਂ ਦੀ ਰਾਜਨੀਤੀ ਕਰਦੇ ਕਰਦੇ ਸਮਝੌਤੇ ਕਰਦੇ ਕਰਦੇ ਆਹ ਦੇਖੋ ਕਿੱਥੇ ਆ ਗਏ, ਖਤਮ ਹੋ ਗਏ ਨਾ। ਸੋ ਉਹ ਤਾਂ ਕਹਿੰਦੇ ਕਿ ਅਸੀਂ ਤਾਂ ਮਨਪ੍ਰੀਤ ਦੀ ਮੰਜੀ ਠੋਕਤੀ, ਰਾਜਾ ਵੜਿੰਗ ਤਾਂ ਕਹਿੰਦਾ ਮੈਂ ਤਾਂ ਕਿਹਾ ਸੀ ਲੋਕਾਂ ਨੂੰ, ਕਿਹਾ ਸੀ ਮੈਂ ਤਾਂ ਮੁਕਾਬਲਾ ਕੀਤਾ ਬਠਿੰਡੇ ਜਾ ਕੇ, ਅੱਜ ਕਹਿੰਦੇ ਜਿਹੜਾ ਬਠਿੰਡੇ ਭੱਜ ਕਾਹ ਤੋਂ ਐਂ ਫਿਰ ਲੜਦਾ ਉੱਥੇ, ਲੁਧਿਆਣੇ ਨੂੰ ਕਾਹ ਤੋਂ ਆ ਗਿਆ, ਬਠਿੰਡਾ ਲੜਦਾ ਫਿਰ ਬਠਿੰਡੇ ਖੜਦਾ, ਬਠਿੰਡਾ ਕਾਹ ਤੋਂ ਛੱਡਦਾ, ਜ਼ੋਰ ਦੇ ਕੇ ਲੈਂਦਾ, ਪੰਜਾਬ ਦਾ ਪ੍ਰਧਾਨ ਸੀ ਬਠਿੰਡਾ ਲੈ ਲੈਂਦਾ, ਪਤਾ ਸੀ ਬਠਿੰਡੇ ਲੋਕ ਭਾਥੀਆਂ ਮਾਰਨਗੇ। ਸੋ ਇਹ ਭੱਜਣ ਵਾਲੇ ਲੋਕ ਪਕੌੜੇ ਲੋਕ ਆ, ਗੱਲਾਂ ਜਿਹਨਾਂ ਤੋਂ ਜਿੰਨੀਆਂ ਮਰਜ਼ੀ ਕਰਾ ਲਓ, ਗੱਲਾਂ ਦਾ ਕੜਾਹ ਬਣਾਉਣ ਵਾਲੇ ਨੇ, ਮਿੱਠਾ ਜਿੰਨਾ ਮਰਜ਼ੀ ਪਾਈ ਜਾਓ, ਫਿਰ ਕੜਾਹ ਜਦੋਂ ਬਣਾਉਣਾ ਹੀ ਗੱਲਾਂ ਦਾ ਹੋਇਆ, ਫਿਰ ਜਿੰਨੀਆਂ ਮਰਜ਼ੀ ਉਹ 'ਚ ਡਿਸ਼ਾਂ ਪਾ ਲਓ, ਚਾਹੇ ਕਾਜੂ ਪਾ ਲਓ, ਬਦਾਮ ਪਾ ਲਓ, ਇਹ ਕੜਾਹ ਬਣਾਉਣ ਵਾਲੇ ਲੋਕ ਨੇ ਗੱਲਾਂ ਦਾ। ਹੁਣ ਇਹਨਾਂ ਦਾ ਕੜਾਹ ਕਿਸੇ ਨੇ ਨਹੀਂ ਖਾਣਾ, ਲੁਧਿਆਣੇ ਦੇ ਲੋਕ ਪੜ੍ਹੇ ਲਿਖੇ ਨੇ, ਉਹ ਸਭ ਸਮਝਦੇ ਨੇ, ਉਹਨੂੰ ਸਭ ਪਤਾ, ਭੇਤੀ ਨੇ ਲੋਕ ਕਹਿੰਦੇ ਆ, ਸੱਥਾਂ 'ਚ ਬੈਠੇ ਬਾਬੇ ਮੈਨੂੰ ਕਹਿੰਦੇ ਨੇ, ਕਹਿੰਦੇ ਪੁੱਤ ਜਿਵੇਂ ਲੀਡਰ ਕਹਿਣੀ ਕਰਨੀ ਦੇ ਹੋਰ ਆ ਨਾ, ਇਹ ਕਹਿੰਦੇ ਕੁਛ ਹੋਰ ਆ, ਕਰਦੇ ਕੁਛ ਹੋਰ ਆ, ਇਵੇਂ ਹੁਣ ਅਸੀਂ ਕਰਾਂਗੇ, ਕਹਿਣਾ ਇਹਨਾਂ ਨੂੰ ਕੁਛ ਹੋਰ ਆ, ਕਰਨਾ ਅਸੀਂ ਕੁਛ ਹੋਰ ਆ, ਲੋਕ ਦਿਖਾਉਣਗੇ ਹਿਸਾਬ ਕਿਤਾਬ ਐਤਕੀ ਇਹਨਾਂ ਨੂੰ ਚੋਣਾਂ ਦੇ ਵਿੱਚ। ਜਿਹੜਾ ਵਿਰੋਧੀ ਧਿਰ ਨੇ ਇਲਜ਼ਾਮ ਲਾਉਣੇ ਹੁੰਦੇ ਆ, ਉਹ ਬੱਸਾਂ ਦੀਆਂ ਬਾਡੀਆਂ ਵਾਲੇ ਬੜੇ ਤੁਸੀਂ ਇਲਜ਼ਾਮ ਵੀ ਲਾ ਰਹੇ ਹੋ, ਇਕੱਲਾ ਟਾਰਗੇਟ ਰਾਜਾ ਕਿਸ ਤਰੀਕੇ, ਉਹੀ ਗੱਲ ਵਿਰੋਧੀ ਧਿਰ ਖੁਦ ਚੱਕ ਰਹੇ ਹੋ। ਨਹੀਂ, ਮੈਂ ਨਹੀਂ ਲਾ ਰਿਹਾ ਇਲਜ਼ਾਮ, ਇਹ ਤਾਂ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਕਿਹਾ, ਦੋ ਵਾਰੀ, ਦੋ ਵਿਧਾਨ ਸਭਾ ਦੇ ਸੈਸ਼ਨ, ਇਹ ਕਹਿੰਦੇ ਹੁੰਦੇ ਆ ਪਵਿੱਤਰ ਸਦਨ ਆ, ਅਤੇ ਉੱਥੇ ਭਗਵੰਤ ਮਾਨ ਬੋਲਿਆ ਹੈ, ਦੋ ਵਾਰੀ ਵੀ ਬਹਿ ਜਾ ਬਹਿ ਜਾ, ਉਦੋਂ ਇਹ ਟੇਬਲਾਂ ਜਾਂ ਉਹਨੇ ਲੁਕਦਾ ਫਿਰਦਾ ਸੀਗਾ, ਜਦੋਂ ਉਹਨੇ ਕਿਹਾ ਬਹਿ ਜਾ ਤੇਰਾ ਹੀ ਬੱਸ ਬੱਸਾਂ ਦੀਆਂ ਪਾਰਟੀਆਂ ਨਾਲ ਚੱਲਦਾ ਹਿਸਾਬ ਕਿਤਾਬ ਕਰਾਂਗੇ ਪੂਰਾ, ਮੈਂ ਨਹੀਂ ਕਿਹਾ, ਮੈਂ ਤਾਂ ਉਹਦੀ ਗੱਲ ਸੁਣ ਕੇ ਕਿਹਾ ਵੀ ਤੇਰਾ, ਸਾਨੂੰ ਕਿਹੜਾ ਪਤਾ ਲੱਗਣਾ ਸੀ ਕਿਸੇ ਨੂੰ ਬੱਸਾਂ ਦੀਆਂ ਪਾਰਟੀਆਂ 'ਚੋਂ ਪੈਸੇ ਖਾ ਗਿਆ, ਚੱਲ ਮੈਂ ਆ ਨਾ ਤੇਰੇ ਇਲਾਕੇ ਦਾ ਹੈ, ਤੇਰਾ ਤਾਂ ਚੰਗਾ ਖਾਸਾ ਪਿਆਰ ਇਹਦੇ ਨਾਲ, ਇਹਨੂੰ ਕਹਿੰਦੇ ਲੋਕਾਂ ਦੇ ਮੂੰਹ ਬੰਦ ਕਰਾ ਦੇ, ਕੋਟੇਸ਼ਨ ਲਿਆ, ਰੇਟ ਦੱਸ ਜਿਹੜੀ ਰੇਟ ਦੇ ਵਿੱਚ ਬਾਡੀਆਂ ਦੇ ਬੱਸਾਂ ਦੀਆਂ ਬਾਡੀਆਂ ਲੱਗੀਆਂ ਨੇ, 11,90,000 ਦੀ ਬਾਡੀ ਲੱਗੀ ਹੈ ਜਿਹੜੀ ਇੱਥੋਂ 7,500,000 ਦੀ ਲੱਗਣੀ ਸੀਗੀ ਪਟੌੜ ਤੋਂ, ਅਤੇ ਮਟੀਰੀਅਲ ਇਹੋ ਜਿਹਾ ਲਾਇਆ ਹੋਇਆ ਜਦੋਂ ਬੱਸ ਵੱਜਦੀ ਹੈ ਨਾ, ਡਰਾਈਵਰਾਂ ਦੀ ਮੌਤ ਹੋ ਚੁੱਕੀ ਹੈ, ਕੰਡਕਟਰਾਂ ਦੀ ਮੌਤ ਹੋ ਚੁੱਕੀ ਹੈ, ਸਵਾਰੀਆਂ ਦੀਆਂ ਲੱਤਾਂ ਟੁੱਟ ਚੁੱਕੀਆਂ ਨੇ ਐਕਸੀਡੈਂਟ ਵਿੱਚ, ਜਿਹੜਾ ਮਟੀਰੀਅਲ ਲਾਇਆ ਨਾ, ਜਿਹੜੀਆਂ ਚਾਦਰਾਂ ਲੱਗੀਆਂ ਉਹਦੇ ਨਾਲ, ਜਦੋਂ ਕਾਹੇ 'ਚ ਬੱਸ ਵੱਜਦੀ ਹੈ ਨਾ, ਤਾਂ ਉਹ ਪਹਿਲੀ ਜਿਹੜੀ ਵਾਰੀ ਆ ਉੱਥੋਂ ਤੱਕ ਆ ਜਾਂਦੀ ਇੱਕਦਮ, ਵੀ ਉਹ ਬਿਲਕੁਲ ਹੀ ਮਜ਼ਬੂਤੀ ਨਹੀਂ ਹੈਗੀ, ਪੈਸੇ ਵੀ ਖਾ ਗਏ ਅਤੇ ਮਟੀਰੀਅਲ ਵੀ ਚੰਗਾ ਨਹੀਂ ਲਵਾਇਆ। ਇਹ ਤਾਂ ਕਹਿੰਦੇ ਆ, ਇਹ ਤਾਂ ਸਰਕਾਰੀ ਰਿਕਾਰਡ 'ਚ ਆ ਨਾ, ਹੁਣ ਬਿੱਲ ਤਾਂ ਉਹਦੇ ਸਰਕਾਰੀ ਆ, ਆਪਾਂ ਕਢਾ ਕੇ ਦੇ ਦਾਂਗੇ, ਜੇ ਰਾਜਾ ਬਣਿਆ ਕਿ ਨਹੀਂ ਕਢਾ ਕੇ ਲੋਕਾਂ ਸਾਹਮਣੇ ਰੱਖਦਾ ਝੂਠਾ, ਆਪਾਂ ਕਢਾ ਕੇ ਦੇ ਦਾਂਗੇ ਬਿੱਲ। ਉਹ ਤਾਂ ਕਹਿੰਦਾ ਕਾਰਵਾਈ ਕਰੋ, ਮੈਂ ਤਾਂ ਤਿਆਰ ਹਾਂ। ਉਹ ਬਾਈ ਤੂੰ ਉਹਦੇ ਖਿਲਾਫ਼ ਬੋਲ ਭਗਵੰਤ ਮਾਨ ਦੇ, ਤੂੰ ਕਾਰਵਾਈ ਹੋਈ ਲੈ, ਜਿੰਨਾ ਚਿਰ ਤੂੰ ਉਹਦੇ ਨਾਲ ਨੂਰਾ ਕੁਸ਼ਤੀ ਖੇਡ ਰਿਹਾ ਕਿਵੇਂ ਕਾਰਵਾਈ ਕਰੂੰ, ਤੂੰ ਮੰਗ ਬੇਅਦਬੀ ਦਾ ਇਨਸਾਫ਼, ਤੂੰ ਬੰਦ ਕਰਾ ਨਸ਼ਾ, ਤੂੰ ਕਹਿ ਨਸ਼ਾ ਬੰਦ ਹੋਣਾ ਚਾਹੀਦਾ, ਤੂੰ ਗੱਲ ਤਾਂ ਕਰ ਉਹਦੇ ਖਿਲਾਫ਼, ਪੰਜਾਬ ਦਾ ਮੁੱਦਾ ਤਾਂ ਚੱਕ ਕੋਈ। ਕੁੰਵਰ ਵਿਜੇ ਪ੍ਰਤਾਪ ਵਿਧਾਨ ਸਭਾ ਦੇ ਵਿੱਚ ਇਕੱਲਾ ਬੋਲ ਰਿਹਾ ਸੀਗਾ, ਸਾਰੇ ਬੈਠੇ ਸੀ ਉੱਥੇ, ਅਕਾਲੀ ਵੀ 3 ਬੈਠੇ ਸੀਗੇ, ਆਹ ਝਾੜੂ ਵਾਲੇ ਦੇ ਬੈਠੇ ਸੀਗੇ ਸਾਰੇ 92, ਅਤੇ ਆਹ ਕਾਂਗਰਸ ਦੇ ਸਾਰੇ ਬੈਠੇ ਸੀ ਮੂਕ ਦਰਸ਼ਕ ਬਣ ਕੇ। ਚਲੋ ਤੁਸੀਂ ਆਪਦੀ ਸਰਕਾਰ 'ਚ ਤਾਂ ਬੋਲ ਨਹੀਂ ਸਕੇ, ਕਮਲਜੀਤ ਸਿੰਘ ਬਰਾੜ ਤਾਂ ਆਪਦੀ ਸਰਕਾਰ 'ਚ ਕੈਪਟਨ ਦੇ ਖਿਲਾਫ਼ ਬਰਗਾੜੀ ਮੋਰਚੇ 'ਚ ਗਿਆ ਜਿੱਦਣ ਲੰਬੀ ਰੈਲੀ ਸੀ, ਆਪਾਂ ਤਾਂ ਉੱਥੇ ਮੰਗ ਕੀਤੀ ਸੀ ਇਨਸਾਫ਼ ਦੀ। ਚੱਲ ਤੂੰ ਆਪਣੀ ਸਰਕਾਰ 'ਚ ਬੋਲਣ ਦਾ ਤੇਰੇ 'ਚ ਦਮ ਹੈ ਨਹੀਂ, ਲੱਤਾਂ ਤੇਰੀਆਂ ਭਾਰ ਨਹੀਂ ਚੱਲਦੀਆਂ, ਸਭ ਨੂੰ ਪਤਾ ਹੈ ਤੂੰ ਗੋਡੀਆਂ ਡਿੱਗਣ ਲੱਗਾ, ਮਿੰਟ ਲਾਉਣਾ, ਚਾਹੇ ਕਰਨ ਕਟਾਰੀ ਵਾਲੇ ਕੇਸ 'ਚ ਕੈਪਟਨ ਦੇ ਪੈਰੀਂ ਪਿਆ ਹੋਵੇ, ਚਾਹੇ ਉਸ ਤੋਂ ਪਹਿਲਾਂ ਆਪਦੇ ਸਾਥੀ ਦੇ ਫੀਮ ਵਾਲੇ ਕੇਸ ਦੇ ਵਿੱਚ ਸੁਖਬੀਰ ਦੇ ਪੈਰੀਂ ਡਿੱਗਿਆ ਹੋਵੇ, ਅਤੇ ਚਾਹੇ ਹੁਣ ਭਗਵੰਤ ਮਾਨ ਨੂੰ ਟੋਪੀ ਪਾ ਕੇ ਮਿਲਿਆ ਹੋਵੇ, ਤੂੰ ਉੱਥੇ ਤਾਂ ਬੋਲ ਨਹੀਂ ਸਕਿਆ ਗੁਰੂ ਸਾਹਿਬ ਦੀ ਬੇਅਦਬੀ 'ਤੇ, ਤੂੰ ਵਿਧਾਨ ਸਭਾ 'ਚ ਖੜ੍ਹਾ ਹੋ ਜਾਂਦਾ ਜਦੋਂ ਕੁੰਵਰ ਵਿਜੇ ਪ੍ਰਤਾਪ ਵਿਰੋਧੀ ਧਿਰ ਦਾ ਬੰਦਾ ਘੇਰ ਰਿਹਾ ਸੀ ਸਰਕਾਰ ਨੂੰ ਆਪਦੀ ਨੂੰ, ਤੇਰੇ ਕੋਲ ਤਾਂ ਮੌਕਾ ਸੀ, ਉਹ ਆਪਦੀ ਸਰਕਾਰ ਨੂੰ ਘੇਰ ਰਿਹਾ ਸੀ, ਉਹਦੇ ਨਾਲ ਖੜ੍ਹਦਾ, ਕੋਈ ਕਾਂਗਰਸੀ ਨਹੀਂ ਖੜਿਆ, ਤੁਸੀਂ ਕਿੱਥੋਂ ਭਾਲਦੇ ਹੋ ਲੋਕਾਂ ਦੇ ਮੁੱਦਿਆਂ ਦਾ ਹੱਲ ਕਿੱਥੋਂ ਭਾਲਦੇ ਹੋ, ਖੜ੍ਹਾ ਕਿਉਂ ਨਹੀਂ ਹੋਇਆ, ਫਿਰ ਬੱਸਾਂ ਦੀਆਂ ਬਾਡੀਆਂ ਸਾਹਮਣੇ ਆ ਜਾਣੀ ਸੀ ਨਾ ਗੱਲ, ਇਸੇ ਕਰਕੇ ਨਹੀਂ ਖੜ੍ਹਾ ਹੋਇਆ, ਆਪਾਂ ਤਾਂ ਕਹਿੰਦੇ ਬੋਲੇ, ਤੈਨੂੰ ਬੱਸਾਂ ਦੀਆਂ ਬਾਡੀਆਂ ਦੇ ਉਹ ਕਹਿਣ ਦੀ ਲੋੜ ਨਹੀਂ ਕਿ ਉਹਨੂੰ ਮੇਰੇ 'ਤੇ ਉਹ ਕਾਰਵਾਈ ਕਰੋ, ਤੂੰ ਸਿਰਫ ਉਹਦੇ ਖਿਲਾਫ਼ ਬੋਲ ਭਗਵੰਤ ਮਾਨ ਦੇ,
ਤੂੰ ਸਿਰਫ ਪੰਜਾਬ ਦੇ ਹੱਕ 'ਚ ਖੜਨ ਦੀ ਗੱਲ ਕਰ। ਕਿਸੇ ਸਿੱਖਾਂ ਦੇ ਘਰ ਜੰਮੇ ਨੂੰ ਕੀ ਲੋੜ ਪੈ ਗਈ DGP ਨੂੰ ਚਿੱਠੀ ਲਿਖਣ ਦੀ ਅੰਮ੍ਰਿਤ ਛਕਾਉਣ ਵਾਲੇ ਨੌਜਵਾਨ ਦੇ ਖਿਲਾਫ਼? ਕੀ ਲੋੜ ਸੀ? ਕਿਉਂ ਲਿਖੀ? ਕਿਹਦੇ ਕਹਿਣ 'ਤੇ ਲਿਖੀ? ਹੁਣ ਚਿੱਠੀ ਡਿਲੀਟ ਵੀ ਕਰਤੀ ਫੇਸਬੁੱਕ ਤੋਂ। ਦਮ ਵੀ ਰੱਖ, ਜਿਹੜੀ ਗੱਲ ਕਹੀ ਉਹ 'ਤੇ ਖੜ ਵੀ। ਫਿਰ ਇੱਥੇ ਪੱਤਰਕਾਰ ਆਉਂਦੇ ਇੰਟਰਵਿਊ ਕਰਨ ਦੀ, ਇੰਟਰਵਿਊ ਕਰ ਲੈਂਦਾ, ਨਾ ਯਾਰ ਇਹ ਨਾ ਚਲਾਈ, ਆਪਾਂ ਦੁਬਾਰਾ ਕਰਾਂਗੇ। ਮਤਲਬ ਉਹ ਜੇ ਪੱਤਰਕਾਰ ਆ ਯਾਰ, ਤੁਸੀਂ ਇੰਟਰਵਿਊ ਕਰ ਲਿਓ, ਤੁਸੀਂ ਚਲਾ ਦਿਓ, ਤੁਸੀਂ ਕੀ ਲੈਣਾ ਦੇਣਾ ਇਸ ਗੱਲ ਤੋਂ ਬਈ? ਜੇ ਉਹਨੂੰ ਕਿ ਤੈਨੂੰ ਲੱਗਦਾ ਤੂੰ ਸੈਟਿਸਫਾਈ ਨਹੀਂ ਹੈਗਾ, ਇੰਨੇ ਮਾਨਸਿਕ ਤੌਰ 'ਤੇ ਇੰਨੇ ਪਰੇਸ਼ਾਨ ਕਰੇ ਪਏ ਇਹ ਲੋਕਾਂ ਨੇ, ਲੋਕ ਸਾਥ ਹੀ ਦੇ ਰਹੇ। ਚੈਨਲ ਤਾਂ ਉਹਦਾ ਪ੍ਰੋਪੋਗੈਂਡਾ ਚਲਾ ਰਹੇ ਮੇਰੇ ਖਿਲਾਫ਼ ਸਾਰਾ ਕੁਛ। ਕੌਣ ਚਲਾ ਰਿਹਾ ਪ੍ਰੋਪੋਗੈਂਡਾ? ਚੈਨਲ ਵਾਲੇ? ਚੈਨਲ ਵਾਲੇ। ਅੱਛਾ, ਅਤੇ ਜੇ ਤੂੰ ਉਹਦੇ ਬਾਰੇ ਨਹੀਂ ਬੋਲਦਾ ਫਿਰ ਮੋਦੀ ਮੀਡੀਆ, ਜਿਹੜਾ ਗੋਦੀ ਮੀਡੀਆ ਕਿਹਾ ਜਾਂਦਾ, ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦਾ? ਕਿਸੇ ਚੈਨਲਾਂ ਬਾਰੇ ਗੱਲ, ਪ੍ਰੋਪੋਗੈਂਡਾ ਚਲਾ ਰਹੇ ਨੇ ਲੋਕਾਂ ਨੂੰ, ਕਾਹਨੂੰ ਪਤਾ ਕਰਨ ਕਟਾਰੀ ਇਹਦਾ? ਕੌਣ ਪੁੱਤ ਮਾਰਦਾ ਆਪਦੇ 3 ਅਤੇ 7 ਸਾਲ ਦੇ ਜਵਾਕਾਂ ਨੂੰ, ਫੁੱਲਾਂ ਵਰਗਿਆਂ ਨੂੰ ਕੋਈ ਗੋਲੀ ਮਾਰਦਾ? ਕਿਉਂ ਮਾਰੀ ਆ? FIR ਦਰਜਾ 'ਚ ਗਰੁੱਪਾਂ 'ਚ ਘੁੰਮ ਰਹੀ ਹੈ FIR। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਰਾਂਗੇ ਪ੍ਰੈਸ ਕਾਨਫਰੰਸ, ਬਹੁਤ ਵੱਡੀ ਫਾਈਲ ਇਹਦੇ 'ਚ ਹਿੱਤਿਆਂ ਨੇ ਮੈਨੂੰ ਬਣਾ ਕੇ ਦਿੱਤੀ ਆ। ਇੱਥੋਂ ਤੱਕ ਕਿ ਜਿਹੜਾ 550 ਸਾਲਾਂ ਵਾਲਾ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਵੇਲੇ ਨਾ ਜਿਹੜਾ ਡੀਜ਼ਲ ਤੱਕ ਆਇਆ ਸੀ ਲੰਗਰ ਪਕਾਉਣ ਵਾਸਤੇ, ਉਹ ਵੀ ਚੀਜ਼ ਦਾ ਤੇਲ ਵਾਲੇ ਦਾ 5.5 ਸਾਲ, ਇਕੱਲੀ 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 ਫਿਗਰ ਹੈ, ਕਿਸ ਨੂੰ ਕਿੰਨਾ ਜਾਰੀ ਹੋਇਆ, ਇਕੱਲੀ ਇਕੱਲੀ ਫਿਗਰ ਬਾਈ ਨੇਮ ਹੈ, ਪਰੂਫ ਤਾਂ ਹੀ ਤਾਂ ਕਹਿ ਰਹੇ। ਇਹ ਤਾਂ ਇੱਕ ਉਦਾਹਰਨ ਆ, ਇਹ ਤੋਂ ਬਿਨਾਂ ਨਰੇਗਾ ਦੇ ਪੈਸੇ ਕਿੰਨੇ ਖਾਧੇ ਆ ਉਹ ਮੇਰੇ ਕੋਲ ਪਰੂਫ ਆ, ਉਹ ਕਿਹੜੇ ਖਾਤਿਆਂ 'ਚ ਪਏ ਆ, ਕਿੰਨੇ ਕਿੰਨੇ ਪਏ ਆ, ਉਹ ਹੈਗਾ ਏ। ਇੱਕ ਨਹੀਂ 7-8 ਚੀਜ਼ਾਂ ਨੇ, ਦੱਸੂਗਾ ਕੋਈ ਨਹੀਂ, ਸਮਾਂ ਆਉਣ ਦੇ ਪਰਵਾਹ ਨਾ ਕਰ। ਹਜੇ ਤਾਂ ਪ੍ਰਚਾਰ ਵੀ ਤੁਸੀਂ ਸਵਾਲ ਚੁੱਕਦੇ ਰਹੇ ਹੋ ਰਾਜਾ ਵੜਿੰਗ 'ਤੇ, ਪਰ ਮੂਸੇਵਾਲ ਦੇ ਪਿਤਾ ਜੀ ਉਹਨਾਂ ਨਾਲ ਪ੍ਰਚਾਰ ਕਰ ਰਹੇ ਨੇ, ਜੇ ਕੋਈ ਇਤਰਾਜ਼ ਹੁੰਦਾ ਤਾਂ ਉਹ ਫਿਰ ਪ੍ਰਚਾਰ ਨਾ ਕਰਦੇ? ਦੇਖੋ ਇਤਰਾਜ਼ ਹੈ ਨਹੀਂ ਹੈ ਇਸ ਗੱਲ ਦਾ ਤਾਂ ਮਤਲਬ ਹੀ ਨਹੀਂ ਬਣਦਾ। ਗੱਲ ਪੁੱਛਣ ਵਾਲੀ ਸਿਰਫ ਇਹ ਆ, ਉਹਦੇ ਬਾਪ ਤਾਂ ਚੱਲ ਬੇਸਹਾਰਾ ਨੇ ਵਿਚਾਰੇ, ਉਹ ਪਤਾ ਨਹੀਂ ਕਿਸ ਗੱਲ ਤੋਂ ਇਹ ਭੇਚਣ ਲੈਂਦਾ। ਗੱਲ ਸਿਰਫ ਪੁੱਛਣ ਵਾਲੀ ਇਹ ਆ, ਨਾਲ ਦਾ ਬੰਦਾ ਤਾਂ ਮਰਿਆ ਨਾ। ਚਲੋ ਤੁਸੀਂ ਇਹ ਗੱਲ ਕਰਦੇ ਹੋ, ਤੁਸੀਂ ਵੀ ਕਹੀ ਜਾਂਦੇ ਹੋ ਵੀ ਉਹ ਐਂ ਦੱਸ ਦੇਣ ਵੀ ਕਿੱਥੇ ਬੈਠੇ, ਉਹਦੀ ਖਾਤਰ ਕਿਹੜੀ ਸੜਕ 'ਤੇ ਬੈਠੇ, ਕਿਹੜੇ ਮੰਤਰੀ ਦੇ ਬਾਰ 'ਚ ਬੈਠੇ, ਕਿਹੜੇ ਮੁੱਖ ਮੰਤਰੀ ਦਾ ਬਾਰ ਘੇਰਿਆ, ਕਿਹੜਾ ਇਹਨਾਂ ਨੇ ਧਰਨਾ ਲਾਇਆ ਉਹਦੀ ਖਾਤਰ, ਬਸ ਇੰਨਾ ਪੁੱਛਣਾ ਆਪਾਂ। ਉਹਦੇ ਮਾਂ ਬਾਪ ਦੀ ਬੇਬਸੀ ਦਾ, ਮਜਬੂਰੀ ਦਾ, ਲਾਚਾਰੀ ਦਾ ਫਾਇਦਾ ਨਾ ਚੱਕੋ, ਤੁਸੀਂ ਸਿਰਫ ਇੰਨਾ ਦੱਸੋ ਵੀ ਕਿੱਥੇ ਬੈਠੇ ਹੋ। ਅਮਨ ਅਰੋੜੇ ਨੇ ਇਹੀ ਗੱਲ ਕਹੀ ਸੀ ਨਾ ਇਹਨੂੰ, ਫਿਰ ਕਰਨ ਕਟਾਰੀ ਵਾਲਾ ਕੇਸ ਵੀ ਖੁੱਲੂਗਾ, ਉਹ ਵੀ ਵਿਧਾਨ ਸਭਾ ਦੀ ਗੱਲ ਆ। ਦੋ ਵਾਰ ਮੁੱਖ ਮੰਤਰੀ ਨੇ ਬੱਸਾਂ ਦੇ ਬਾਡੀਆਂ ਦੀ ਗੱਲ ਕੀਤੀ, ਇਹਦੇ ਕੈਬਨਿਟ ਮੰਤਰੀ ਨੇ, ਝਾੜੂ ਵਾਲੇ ਨੇ ਅਮਨ ਅਰੋੜੇ ਨੇ ਇਹ ਗੱਲ ਕੀਤੀ ਕਿ ਤੇਰੀਆਂ ਬੱਸਾਂ ਦੀਆਂ ਬਾਡੀਆਂ ਵਾਲਾ ਕੇਸ ਖੋਲ੍ਹ ਦਿਆਂਗੇ, ਸੋਰੀ ਕਰਨ ਕਟਾਰੀ ਵਾਲਾ ਕੇਸ ਖੋਲ੍ਹਾਂਗੇ, ਜਿਹਨੇ ਬੱਚਿਆਂ ਦੇ ਆਪ ਗੋਲੀ ਮਾਰੀ ਸੀ, ਉਹ FIR ਘੁੰਮੀ ਜਾਂਦੀ ਆ। ਅੰਮ੍ਰਿਤਪਾਲ ਅਤੇ ਸਰਬਜੀਤ ਵਾਸਤੇ ਪ੍ਰਚਾਰ ਕਰਨ ਜਾ ਰਹੇ? ਹਾਂ, ਪਹਿਲਾਂ ਵੀ ਗਏ, ਅੰਮ੍ਰਿਤਪਾਲ ਸਿੰਘ ਵਾਸਤੇ ਸਾਡਾ ਭਰਾ ਹੈ, ਹੁਣ 25 ਤਰੀਕ ਨੂੰ ਫਿਰ ਸੁਲਤਾਨਪੁਰ ਲੋਧੀ ਬਹੁਤ ਵੱਡਾ ਇਕੱਠ ਰੱਖਿਆ ਹੋਇਆ, ਉਸ ਤੋਂ ਬਾਅਦ ਉੱਧਰ ਤੋਂ ਨਿਰੰਤਰ ਲਗਾਤਾਰ ਫਰੀਦਕੋਟ ਆਪਣਾ ਇਲਾਕਾ ਹੈ, ਉੱਥੇ ਤਾਂ ਇਕੱਲੇ ਇਕੱਲੇ ਨੂੰ ਫੋਨ ਕਰਿਆ ਹੋਇਆ, ਇਕੱਲੇ ਇਕੱਲੇ ਗੱਲ ਹੋ ਰਹੀ ਹੈ। ਹੁਣ ਮੇਰੇ ਖਿਆਲ 23 ਤਰੀਕ ਨੂੰ ਉਹਨਾਂ ਨੇ ਰੋਡ ਸ਼ੋਅ ਵੀ ਰੱਖਿਆ, ਉੱਥੇ ਵੀ ਸਾਥੀ ਭੇਜਾਂਗੇ ਆਪਦੇ। ਰਵਨੀਤ ਬਿੱਟੂ ਕਹਿੰਦੇ ਵੀ ਅੰਮ੍ਰਿਤਪਾਲ ਜੀ ਜੇਲ੍ਹ 'ਚੋਂ ਬਾਹਰ ਆ ਗਿਆ ਤਾਂ ਸਾਨੂੰ ਸਾਰਿਆਂ ਨੂੰ ਬਾਹਰ ਜਾਣਾ ਪਊਗਾ। ਉਹ ਭਰਾਵਾ ਜਿਹੜੇ ਅੱਗੇ ਜਾਈ ਜਾਂਦੇ 12 ਪੜ੍ਹ, ਉਹਨਾਂ ਨੂੰ ਕਿਹਨੇ ਭੇਜਤਾ ਬਾਹਰ? ਉਹ ਰਾਖੀ ਕਰਨ ਵਾਲੇ ਲੋਕ ਆ ਪੰਜਾਬ ਦੀ, ਜਿਹੜੇ ਨਸ਼ੇ ਤੋਂ ਬਚਾ ਰਹੇ ਸੀ ਪੰਜਾਬ ਦੀ ਜਵਾਨੀ ਨੂੰ, ਜਿਹੜੇ ਅੰਮ੍ਰਿਤ ਛਕਾ ਰਹੇ ਸੀ, ਅਨੰਦਪੁਰ ਸਾਹਿਬ ਦਾ ਮਾਰਗ ਦਿਖਾ ਰਹੇ ਸੀ, ਉਹਨਾਂ ਲੋਕਾਂ ਦੇ ਬਾਹਰ ਆਉਣ ਨਾਲ ਸਖਾਲਾ ਹੀ ਹੋ ਪੰਜਾਬ, ਉਹ ਗੁੰਡਿਆਂ ਤੋਂ, ਨਸ਼ੇੜੀਆਂ ਤੋਂ ਰਾਹਤ ਮਿਲੂਗੀ, ਤੇਰੇ ਵਰਗਿਆਂ ਤੋਂ ਜਿਹੜੇ ਬਿਨਾਂ ਗੱਲ ਤੋਂ ਬੋਲੀ ਜਾਂਦੇ ਬੇਵਜ੍ਹਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕੀ ਬਿਆਨ ਦੇਣਾ, ਉਹ ਸਿੱਖਾਂ ਦੇ ਘਰੇ ਜੰਮੇ ਹੋ, ਉਹ ਮੂਰਖੋ ਲੜਾਈ ਨੂੰ ਸਿੱਖ ਵਰਸੇ ਸਿੱਖ ਨਾ ਬਣਾਓ, ਓਏ ਲੜਾਈ ਨੂੰ ਪੰਜਾਬ ਵਰਸੇ ਦਿੱਲੀ ਬਣਾ ਕੇ ਲੜੋ, ਜਿਹੜੀ ਹੋਣੀ ਚਾਹੀਦੀ, ਜਿਹੜੀ ਅਸਲੀਅਤ ਆ, ਜਿਹੜੀ ਦਿੱਲੀ ਪੰਜਾਬ ਨਾਲ ਧੱਕੇ ਕਰਦੀ ਆਈ ਆ, ਲੜਾਈ ਹਿੰਦੂ ਵਰਸੇ ਸਿੱਖ ਨਹੀਂ ਹੋਣੀ ਚਾਹੀਦੀ, ਲੜਾਈ ਸਿੱਖ ਵਰਸੇ ਸਿੱਖ ਨਹੀਂ ਹੋਣੀ ਚਾਹੀਦੀ। ਬਟੋਹੇ ਵਰਗੇ ਮੂਰਖ, ਉਹੀ ਇਹ ਬਿੱਟੂ ਵਰਗੇ ਮੂਰਖ ਆਪਦੇ ਭਰਾਵਾਂ ਖਿਲਾਫ਼ ਹੀ ਬੋਲੀ ਜਾਂਦੇ ਆ, ਸ਼ਰਮ ਹੋਣੀ ਚਾਹੀਦੀ ਆ ਇਹੋ ਜਿਹੇ ਸਿਆਸਤਦਾਨਾਂ ਨੂੰ। ਤੁਸੀਂ ਵੋਟਾਂ ਲੈਣ ਲਈ ਇੱਥੋਂ ਤੱਕ ਡਿੱਗ ਪਓਗੇ, ਇੱਕ ਅੰਮ੍ਰਿਤ ਛਕਾਉਣ ਵਾਲੇ, ਨਸ਼ਾ ਛਡਾਉਣ ਵਾਲੇ ਨੌਜਵਾਨਾਂ ਦੇ ਉੱਤੇ ਇਲਜ਼ਾਮ ਲਾਓਗੇ ਯਾਰ, ਉਹ ਕਿੱਥਾਂ ਕਿਵੇਂ ਕਹਿ ਦੇਣਗੇ ਉਹਨਾਂ ਦੇ ਹੁੰਦਿਆਂ ਬਾਹਰ ਕਿ ਉਹ ਪਹਿਲਾਂ ਬਾਹਰ ਸੀ, ਕਿੰਨੇ ਕੁ ਲੋਕ ਬਾਹਰ ਚਲੇ ਗਏ ਉਹਨਾਂ ਦੇ ਇੱਥੇ ਹੁੰਦਿਆਂ?
ਮੂਰਖਤਾ ਦੀ ਯਾਰ ਕੋਈ ਹੱਦ ਹੁੰਦੀ ਆ, ਕੋਈ ਇੱਕ ਇੱਕ ਲੈਵਲ ਹੁੰਦਾ ਯਾਰ ਡਿੱਗਣ ਦਾ ਗਿਰਨ ਦਾ, ਇੰਨਾ ਕਿਉਂ ਗਿਰਦੇ ਹੋ ਯਾਰ ਦੋਨੇ ਹੀ? ਚੱਲ ਕੋਈ ਨਹੀਂ, ਦੋਨਾਂ ਨੂੰ ਚੋਪੜ ਕੇ ਭੇਜਾਂਗੇ, ਆ ਜਾਓ ਬੰਦੇ ਵੇਟ ਕਰਦੇ ਬਾਹਰ। ਅਖੀਰ ਦੇ ਵਿੱਚ ਦਰਸ਼ਨ ਸਿੰਘ ਬਰਾੜ ਤੁਹਾਡੇ ਪਿਤਾ ਜੀ ਅਮਰਜੀਤ ਸਾਹੂ ਕੇਲੇ ਪ੍ਰਚਾਰ ਕੀਤਾ ਪਿਛਲੇ ਦਿਨ ਉਹਨੇ ਮੋਗੇ 'ਚ, ਅਤੇ ਤੁਸੀਂ ਇੱਧਰ ਕਾਂਗਰਸ ਪ੍ਰਧਾਨ ਨੂੰ ਕਹਿ ਰਹੇ ਹੋ ਇਸ ਤਰ੍ਹਾਂ, ਅਤੇ ਉਹ ਉਹਨਾਂ 'ਤੇ ਵਿਸ਼ਵਾਸ ਕਰੇ, ਉਹਨਾਂ ਦੇ ਅਧੀਨ ਹੀ ਕੰਮ ਕਰੇ ਫਿਰ? ਕੋਈ ਪ੍ਰਚਾਰ ਨਹੀਂ ਕੀਤਾ ਬਾਈ, ਉਹ ਤਾਂ ਪ੍ਰਤਾਪ ਸਿੰਘ ਬਾਜਵਾ ਆਇਆ ਸੀ, ਬਾਪੂ ਦਾ ਦੋਸਤ ਆ, ਉਹ ਨਾਲ ਲੈ ਗਿਆ ਕਿ ਆਓ ਬਰਾੜ ਸਾਹਿਬ ਮੇਰੇ ਨਾਲ ਬੈਠੋ ਫੋਟੋ ਖਿਚਾਓ। ਕੋਈ ਪ੍ਰਚਾਰ ਨਹੀਂ ਕੀਤਾ, ਕੋਈ ਮਾਈਕ ਤੋਂ ਨਹੀਂ ਬੋਲਿਆ। ਮੈਂ ਕਹਿੰਦਾ ਹੈ ਸ਼ਰਿਆਮ ਕਹਿੰਦਾ ਹੈ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾਵਾਂਗੇ, ਕਿਸੇ ਸਾਹੂ ਕੋਲ ਨਹੀਂ ਪਾਵਾਂਗੇ, ਕਿਸੇ ਕਾਂਗਰਸੀ ਨੂੰ ਨਹੀਂ ਪਾਵਾਂਗੇ। ਮੈਂ ਲੋਕਾਂ ਨੂੰ ਬੇਨਤੀ ਕਰਦਾ, ਅਪੀਲ ਕਰਦਾ, ਪੰਥਕ ਫਿਜ਼ਾ ਦੇ ਵਿੱਚ ਰੰਗੇ ਜਾਓ। ਝੰਡਾ ਤਾਂ ਫਿਰ ਉਹ ਕਾਂਗਰਸ ਹੀ ਲੱਗਿਆ ਹੋਊਗਾ ਕਿ ਲਾਉਂਗੇ ਸਰਬਜੀਤ ਦਾ? ਝੰਡਾ ਨਹੀਂ, ਕੋਈ ਝੰਡਾ ਨਹੀਂ ਲੱਗਿਆ ਵੀਰੇ, ਇੱਥੇ ਲੱਗਿਆ ਹੈ ਕੇਸਰੀ ਨਿਸ਼ਾਨ ਸਾਡੇ, ਇੱਥੇ ਪ੍ਰੇਮ ਆ ਉਹਦਾ, ਉਹ ਸਦਾ ਹੀ ਰਹਿਣਾ। ਉਹ ਕਿੰਨਿਆਂ ਨੇ ਰੋਕਿਆ ਜਦੋਂ ਮੈਂ ਕਾਂਗਰਸ ਸਰਕਾਰ ਸੀ, ਦੇਖਿਆ ਜਾਂ ਤੁਸੀਂ, ਉਹ ਰੁਕਿਆ ਮੈਂ ਝੁਕਿਆ, ਮੈਂ ਡਰਿਆ ਕਿਸੇ ਤੋਂ? ਫਿਰ ਉਹ ਉੱਥੇ ਰਹਿਣਾ ਹੀ ਆ ਰੰਗ ਕੇਸਰੀ, ਉਹ ਕੇਸਰੀ ਰੰਗ ਦੇ ਵਿੱਚ ਰੰਗੀ ਹੋਈ ਆ ਸੋਚ ਸਾਡੀ। ਠੀਕ ਹੈ।